ਕਾਕੀ ਤੇਰਾ ਮੂਡ ਦੇ ਕੇ ਐ ਲੱਗਦਾ ਕਿ ਤੂੰ ਮੈਨੂੰ ਕੁਝ ਕਹਿਣਾ ਚਾਹੁੰਦਾ। ਓ ਯਾਰ ਮੈਂ ਤੈਨੂੰ ਕਹਿਣਾ ਚਾਹਨਾ ਕਿ ਸਾਡੇ ਦੇਸ਼ ਦੀ ਆਬਾਦੀ ਪੂਰੇ 100 ਕਰੋੜ ਹੈ। ਓ ਭਰਾਵਾ ਇਹਨੂੰ ਘਟਾਉਣ ਦੀ ਲੋੜ ਹੈ। ਲੈ ਦੇਸ਼ ਦੀ ਆਬਾਦੀ ਘਟਾਉਣ ਦਾ ਰੌਲਾ ਪਾ ਕੇ ਹੁਣ ਹਰ ਲੀਡਰ ਥੱਕਿਆ। ਹੁਣ ਦੇਸ਼ ਦੀ ਆਬਾਦੀ ਘਟਾਉਣ ਦਾ ਜੁੰਮਾ ਕਬੂਤਰ ਬਾਜਾਂ ਨੇ ਚੱਕਿਆ। ਓਏ ਯਾਰ ਪੋਟੂ ਸ਼ਾ, ਓਏ ਇਹਨਾਂ ਕਬੂਤਰ ਬਾਜਾਂ ਦੀ ਮੈਂ ਤੈਨੂੰ ਕੀ ਦੱਸਾਂ। ਓਏ ਡਾਂਸਰਾਂ ਦੇ ਪਾਸਪੋਰਟਾਂ ਤੇ ਨਕਲੀ ਕੈਨੇਡਾ ਅਮਰੀਕਾ ਦੇ ਵੀਜ਼ੇ ਲਵਾਈ ਜਾਂਦੇ ਆ, ਇੱਧਰ ਦੇ ਅਮੀਰ ਮੁੰਡਿਆਂ ਨੇ ਉਹਨਾਂ ਨੂੰ ਵਿਆਹੀ ਜਾਂਦੇ ਆ। ਓਏ ਕਾਕੇ, ਇਹਨਾਂ ਕਬੂਤਰ ਬਾਜਾਂ ਨੇ ਗੋਰੇ ਵੀ ਚੱਕਰਾਂ ਚ ਪਾਤੇ ਆ। ਨਾ ਫਿਰ ਗੋਰਿਆਂ ਨੇ ਕੀ ਕੀਤਾ ਹੈ? ਗੋਰੇ ਕਿਹੜਾ ਘੱਟ ਆ, ਉਹਨਾਂ ਨੇ ਸਾਰੀਆਂ ਵੈਸੀਆਂ ਚ ਚੁੱਕ ਕੇ ਭਈਏ ਬਿਠਾਤੇ ਆ। ਲੈ ਇੰਗਲੈਂਡ ਦੀ ਮੈਸੀ ਦਾ ਹਾਲ ਦੇਖ ਲੈ। ਭੇਜੋ ਭੇਜੋ। ਲਿਆ ਭਈਆ ਤੇਰਾ ਕੁੜਤਾ ਧੋ ਦੇ ਆ ਪਾ ਕੇ ਸਰਫ ਮੈਂ ਭੋਰਾ। ਲਿਆ ਭਈਆ ਤੇਰਾ ਕੁੜਤਾ ਧੋ ਦੇ ਆ ਪਾ ਕੇ ਸਰਫ ਮੈਂ ਭੋਰਾ। ਤੂੰ ਵਿੱਚ ਅੰਬੈਸੀ ਦੇ ਬਹਿ ਗਿਆ ਬਣ ਕੇ ਗੋਰਾ। ਤੂੰ ਵਿੱਚ ਅੰਬੈਸੀ ਦੇ ਬਹਿ ਗਿਆ ਬਣ ਕੇ ਗੋਰਾ। ਤੂੰ ਵਿੱਚ ਅੰਬੈਸੀ ਦੇ ਕੌਣ ਬੀਬੀ ਹੈਗਾ ਜਿਹੜਾ ਗਾਉਂਦੀ ਮੈਸੀ ਦੇ ਅੰਦਰ ਚੱਲਿਆ ਆ? ਜੀ ਮੈਂ ਹਜੀ ਜਸਵਿੰਦਰ ਬਰਾੜ। ਬੀਬੀ ਤੂੰ ਜਸਵਿੰਦਰ ਬਰਾੜ ਹੈਗੀ ਤਾਂ ਇੱਥੇ ਤੋਂ ਵੀ ਘੱਟ ਹੈਗੀ। ਲਿਆ ਭਈਆ ਤੇਰਾ ਕੁੜਤਾ ਧੋ ਦਿਆਂ, ਨਾਲੇ ਮੈਂ ਇੱਥੇ ਗੰਦਾ ਕੱਪੜੇ ਪਾ ਕੇ ਬੈਠਾ ਹੈਗਾ। ਮੈਨੂੰ ਪਤਾ ਹੈਗਾ ਤੁਹਾਡਾ ਸ਼ਹਿਰ ਹੈਗਾ ਬਠਿੰਡਾ, ਪਰ ਮੈਨੂੰ ਬਾਬੇ ਚਾੜ ਪੁੱਜ ਦੀ ਸੌ ਲੱਗੇ, ਮੈਂ ਬੀਬੀਆਂ ਨੂੰ ਵੀਜ਼ਾ ਨਹੀਂ ਦਿੰਦਾ। ਉਹ ਮੈਂ ਨਾ ਬੈਂਦੀ ਤੇਰੇ ਬਾਜਰੇ ਦੀ ਰਾਖੀ। ਉਹ ਮੈਂ ਨਾ ਬੈਂਦੀ ਤੇਰੇ ਬਾਜਰੇ ਦੀ ਰਾਖੀ। ਰੜੇ 1 ਰੜੇ 2 ਰੜੇ 1 ਰੜੇ 2 ਕੌਣ ਹੈਗਾ ਤੂੰ? ਹਾਏ ਰੱਬਾ, ਮੈਂ ਬੂਟਾ। ਕਿਹੜਾ ਬੂਟਾ? ਸਫੇਦੇ ਦਾ, ਅੰਬ ਦਾ, ਅਮਰੂਦ ਦਾ? ਨਾਲੇ ਬੂਟਾ ਬਾਲ ਕੀ ਕਰਨਾ, ਗੋਰਿਆਂ ਨੇ ਪਹਿਲਾਂ ਉੱਥੇ ਬੂਟਾ ਬਹੁਤ ਲਾਇਆ ਹੈਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਗਾਇਕ ਬੂਟਾ ਮੁਹੰਮਦ। ਉਹ ਫਗਵਾਰੀ ਵਾਲਾ, ਹਾਏ ਰੱਬਾ, ਤੂੰ ਤਾਂ ਪੰਗੜਾ ਬਹੁਤ ਸੋਹਣਾ ਪਾਉਂਦੀ ਹੈਗਾ, ਟੀਵੀ ਤੇ ਵੀ ਆਉਂਦੀ ਹੈਗਾ। ਲੈ ਮੈਂ ਤੇਰਾ ਵੀਜ਼ਾ ਹੁਣੇ ਲਾਉਂਦੀ ਹੈਗਾ। ਨਾ ਹੈਗਾ ਤੇਰਾ ਬੂਟਾ, ਜਾ ਲੈ ਜਾਇ ਤਾਂ ਚੂਟਾ ਪੱਜਾ 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 ਨੜਜਾ ਨੜਜਾ। ਇਹ ਬਾਹਰ ਭੇਜੋ, ਹੋਰ ਕੋਈ ਹੈਗਾ ਤਾਂ ਮੈਂ ਕਰ ਵੀ ਜਾਣਾ, ਮੈਂ ਇੱਥੇ ਬੈਠਾ ਥੋੜੀ ਰਹਿਣਾ। ਭੇਜੋ ਹੋਰ ਕੋਈ ਹੈਗਾ ਤੋ ਲਓ। ਸਾ ਜੀ ਹੁਣ ਭੇਜ ਦੇ। ਲਓ ਲਓ ਭੇਜੋ। ਮੈਂ ਜਸਵਿੰਦਰ ਭੱਲਾ, ਮੈਂ ਤਾਂ ਪੜੂੰ ਪੜਨੇ, ਮੈਨੂੰ ਪੜਨੇ ਪਾਉਣਾ, ਮੈਂ ਅਨਪੜ ਹੈਗਾ। ਤੂੰ ਆਪ ਕਿੰਨਾ ਕੁ ਪੜਿਆ ਹੈਗਾ? ਨਾਲੇ ਮੈਨੂੰ ਦੱਸ ਤੇਰੇ ਮੂੰਹ ਸਿਰ ਦਾ ਹਾਲ ਕਿੰਨੇ ਬਣਾਇਆ ਹੈਗਾ ਇੰਦਾ? ਇਹ ਸਰਕਾਰੀ ਮਾਲਵਾ ਨੂੰ ਚੜੀ ਹੈ ਤੂੰ? ਮੈਨੂੰ ਪਾਇਆ ਜੀ ਧੱਕੇ ਤੇ ਚਾਚਾ ਜੀ ਦੇ ਧਸੋਨ। ਨਾਲ ਕੋ ਨਹੀਂ ਗਾ ਤੇਰੇ? ਵੈਸੇ ਤਾਂ ਭਤੀਜ, ਪਰ ਮੈਂ ਨੂੰ ਬਾਲਾ ਕਹਿੰਦੇ। ਬਾਲਾ? ਬਾਲਾ ਤੇ ਹੁਣ ਕੋਈ ਛੱਤਾਂ ਚ ਨੀ ਪਾਉਂਦਾ, ਤੂੰ ਬਾਹਰ ਲੈ ਕੇ ਚੱਲੇ ਆਏਗਾ। ਨਾਲੇ ਪਾਈ ਗੱਲ ਸੁਣ, ਹੁਣ ਮੈਂ ਪੱਲੇ ਦਾ ਵੀਜ਼ਾ ਲਾ ਦਿੰਦਾ ਤੇ ਠੇਰ ਕੇ ਗੋਲ ਗੱਪੇ ਨੇ ਵੀਜ਼ਾ ਲਵਾਉਣ ਆ ਜਾਣਾ। ਫਿਰ ਪਾਪੂ ਜੀ ਨੇ ਕਹੀ ਨਾ ਮੇਰਾ ਵੀਜ਼ਾ ਲਾਓ, ਮੈਂ ਇਹਨੂੰ ਇੱਥੇ ਖਾਣ ਵਾਲੀਆਂ ਚੀਜ਼ਾਂ ਦਾ ਵੀਜ਼ਾ ਲਾਉਣ ਬੈਠਾ ਹੈਗਾ। ਨਾਲੇ ਮੇਰੀ ਗੱਲ ਸੁਣੋ ਭਾਈ, ਜੇ ਤੁਸੀਂ ਪੰਜਾਬੀਆਂ ਨੇ ਇੱਦਾਂ ਹੀ ਬਾਹਰ ਜਾਣਾ ਹੈਗਾ ਤੇ ਮੈਂ ਤਾਂ ਫਿਰ ਇਹੀ ਗਾਣਾ ਗਾਣਾ ਹੈਗਾ, ਮਹਿੰਦਰ ਸਿੰਘ ਟੀ ਲੋਕਾ ਹੈ ਇੱਥੇ ਨਾ ਪੰਜਾਬੀ ਰਹੇ। ਦਿਨਾ ਤਿਰਕਰਤਾ ਤਾਂ ਦਿਨਾ, ਦਿਨਾ ਤਿਰਕਰਤਾ ਤਾਂ ਦਿਨਾ, ਮਹਿੰਦਰ ਸਿੰਘ ਟੀ ਲੋਕਾ ਹੈ ਇੱਥੇ ਨਾ ਪੰਜਾਬੀ ਰਹੇ। ਸਾਰੇ ਹੁਣ ਭੱਜ ਗਏ ਨੇ ਬਾਹਰ, ਉਹ ਪੱਲਿਆ ਇੱਥੇ ਮੈਂ ਬਣਾਉਣੀ ਹੈ ਬਿਹਾਰ, ਇੱਥੇ ਮੈਂ ਬਣਾਉਣੀ ਹੈ ਬਿਹਾਰ, ਉਹ ਪੱਲਿਆ ਇੱਥੇ ਮੈਂ ਬਣਾਉਣੀ ਹੈ ਬਿਹਾਰ। ਆਏ ਪੈਟੇ ਕੰਮ ਕਰੇ।